नमस्कार ओम शांति ते नाले सत श्री अकाल आज फिर ਤੁਹਾਡੇ ਇਸ ਕਾਰਜਕ੍ਰਮ ਚ ਮੈਂ ਪਧਾਰੀਆਂ ਤੇ ਨਾਲੇ ਲੈ ਕੇ ਆਏ ਆ ਸਾਡੇ ਨਿਰਵਰ ਪਾਈ ਸਾਹਿਬ ਨੂੰ ਆइए स्वागत ਕਰ ਦਿਆਂ ਤੇ ਨਾਲੇ ਉਹਨਤੇ ਕੁਝ ਔਰ ਗਲਬਾਤ ਦੀ ਚਰਚਾ ਕਰਦੇ ਆਂ ਬਾਜੀ ਤੁਹਾਡਾ ਸਤਿਗੁਰੂ ਕਰਤਾ ਪ੍ਰਕਾਸ਼ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਜੀ ਇੱਕ ਮਾਤਾ ਹੈ ਉਹ ਬੋਲਦੇ ਕਿ ਮੁਰੀ ਜਾਣਦਾ ਕਿ ਅੰਮਾ ਮਰੇ ਤਾਂ ਵੀ ਹਲਵਾ ਖਾਓ ਤੇ ਬੀਬੀ ਮਰੇ ਤਾਂ ਵੀ ਹਲਵਾ ਖਾਓ ਇਹਦਾ ਅਰਥ ਕੀ ਹੋਇਆ ਗਿਆਨ ਦੇ ਮਾਰਗ ਤੇ ਇਹਦਾ ਅਰਥ ਬੜਾ ਸਿੱਧਾ ਹੀ ਸਵੇ ਸਭ ਜਾਣਦੇ ਨੇ ਆਪਣੇ ਲੋਕਿਕ ਘਰਾ ਵਿੱਚ ਕੋਈ ਨਾ ਕੋਈ ਬਜ਼ੁਰਗ ਹੁੰਦੇ ਕੋਈ ਬਿਮਾਰੀ ਐਹੋ ਜੀ ਹੋ ਜਾਂਦੀ ਐ ਤੇ ਸਰੀਰ ਤੇ ਛੱਡਦੇ ਐ ਹੁਣ ਸਾਡੇ ਪਿੰਡਾਂ 'ਦੋ ਥੋੜੇ ਜੇ ਰਿਵਾਜ ਐਹੋ ਜੇ ਸੀ ਕਿ ਜਦੋਂ ਕੋਈ ਭਾਵੇਂ ਬਜ਼ੁਰਗ ਵੀ ਸਰੀਰ ਛੱਡੇ ਤਾਂ ਵੀ ਜੋ ਰਿਸ਼ਤੇਦਾਰ ਖਾਸ ਉਹਨਾਂ ਘਰਾਂ 'ਚੋਂ ਲੇਡੀਜ਼ ਕਾਲਾ ਕਪੜਾ ਪਹਿਨ ਕਰਕੇ ਇਕੱਠੇ ਹੋ ਕਰਕੇ ਔਰ ਉਹ ਆਉਂਦੇ ਸੀ ਜੀ ਔਰ ਹੁਣ ਮੈਂ ਉਹਨੂੰ ਕੀ ਨਾਂ ਦਿਆਂ ਮਤਲਬ ਉੱਬੜਾ ਇੱਕ ਮਾਹੌਲ ਐਹੋ ਜਿਹਾ ਹੁੰਦਾ ਸੀ ਜਿਹੜਾ अच्छे भले व्यक्ति बैठे कोई होंगे उन्हें भी रुला देंगे वो आत्मा दी महिमा भी ਕਰਨਗੇ ਜੋ ਚਲੀ ਗਈ ਪਰ ਨਾਲ ਨਾਲ ਉਹ ਰੋਣਾ ਵੀ ਹੋਏਗਾ ਥੋੜਾ ਸਿਆਪਾ ਵੀ ਕਰਦੇ ਸੀ ਇਸ ਤਰ੍ਹਾਂ ਮਰਮਰ ਕਰਕੇ ਤੇ ਉਹ ਬੜੀ ਅਜੀਬ ਜਿਹੀ ਗੱਲਾਂ ਲੱਗਦੀਆਂ ਸੀ ਬਹੁਤ ਪੁਰਾਣੀਆਂ ਗੱਲਾਂ ਇਹ لیکن ਹੁਣ ਜਦੋਂ ਸਾਨੂੰ ਗਿਆਨ ਮਿਲਿਆਈ ਤੇ ਗਿਆਨ ਮਿਲਣ ਤੋਂ ਬਾਅਦ ਬੜਾ ਇਹਦੇ ਚ ਬਾਬਾ ਨੇ ਬਹੁਤ ਪਿਆਰ ਨਾਲ ਸਮਝਾ ਦਿੱਤਾ ਕਿ ਜੋ ਆਤਮਾ ਗਈ ਉਹਦਾ ਉਹ ਆਪਣਾ ਸ੍ਰੇਸ਼ਟ ਕਰਮਾਂ ਦਾ ਇਹ ਫਲ ਉਹਨਾਂ ਨੂੰ ਜ਼ਰੂਰ ਮਿਲਦਾਈ ਇਸ ਕਰਕੇ ਉਹ ਜਾ ਕਰਕੇ ਨਏ ਘਰ ਚ ਜਨਮ ਲੈਂਦੀ ਹੈ ਔਰ ਫਿਰ ਆਪਣੀ ਜੀਵਨ ਯਾਤਰਾ ਸ਼ੁਰੂ ਕਰਦੀ ਹੈ ਇਸ ਕਰਕੇ ਸ਼ੋਕ ਰੋਣਾ ਧੋਣਾ ਇਹ ਨਹੀਂ ਚਾਹੀਦਾ ਇੱਕ ਤੇ ਇਹ ਸਾਈਡ ਹੈ ਦੂਸਰੀ ਸਾਈਡ ਇਹ ਵੀ ਹੈ ਕਿ ਜਦੋਂ ਅਸੀਂ ਕਿਸੇ ਗਈ ਹੋਈ ਆਤਮਾ ਵਾਸਤੇ ਦੁਖੀ ਹੁੰਨੇ ਆ ਰੋਣੇ ਆ ਤੇ ਸਾਡੇ ਉਹ ਦੁੱਖ ਵਾਲੇ ਵਾਈਬ੍ਰੇਸ਼ਨ ਵੀ ਉਹ ਆਤਮਾ ਨੂੰ ਪਹੁੰਚਦੇ ਆ। ਉਹ ਜਿੱਥੇ ਵੀ ਹੋਏਗੀ ਉਹਨਾਂ ਨੂੰ ਵੀ ਉਹ ਵਾਈਬ੍ਰੇਸ਼ਨ ਸ਼ਾਂਤ ਨਹੀਂ ਰਹਿਣ ਦੇਣਗੇ। ਉਹ ਵੀ ਦੁੱਖ ਦੇ ਕਾਰਨ ਹਲਚਲਚਾ ਜਾਏਗੀ। ਤੇ ਜੋ ਆਤਮਾ ਸਰੀਰ ਛੱਡ ਕੇ ਗਈ ਹੈ ਉਹਨਾਂ ਦੇ ਵਾਸਤੇ ਸਾਡੇ ਜਿਹੜੇ ਵਿਚਾਰ ਹੈ ਉਹ ਬਹੁਤ ਹੀ ਸੁੰਦਰ ਸ਼ੁਭ ਔਰ ਗਿਆਨਵਾਨ ਵਿਚਾਰ ਹੋਣ ਹੋਣੇ ਚਾਹੀਦੇ ਆ ਉਹਦੇ ਵਾਸਤੇ ਪਰਮਾਤਮਾ ਸ਼ਿਵ ਨੂੰ ਯਾਦ ਕਰਨਾ ਸ਼ਿਵ ਬਾਬਾ ਦੇ ਨਾਲ ਮਨ ਲਗਾਉਣਾ ਔਰ ਮਨ ਚ ਗਈ ਹੋਈ ਆਤਮਾ ਦੇ ਵਾਸਤੇ ਬਹੁਤ ਸ਼ੁਭ ਵਿਚਾਰਾਂ ਦੇ ਵਾਈਬ੍ਰੇਸ਼ਨ ਉਹਨਾਂ ਨੂੰ ਭੇਜਣਾ ਤਾਕਿ ਉਹ ਆਤਮਾ ਜਿੱਥੇ ਵੀ ਹੋਏ ਉਹ ਸੁਖੀ ਰਹੇ ਸ਼ਾਂਤ ਰਹੇ ਉਹਨੂੰ ਕੋਈ ਦੁੱਖ ਜਾਂ ਸਾਡੀ ਕੋਈ ਅ ਦੁੱਖ ਦਰਦ ਦੀ ਗੱਲ ਉਹਨਾਂ ਤਾਈਂ ਨਾ ਪਹੁੰਚੇ ਉਹ ਬਿਹਤਰ ਹੈ ਇਸ ਕਰਕੇ ਇਸ ਚੀਜ਼ ਦਾ ਬੜਾ ਧਿਆਨ ਰੱਖੀਦਾ ਉਹ 바બા ਨੇ ਥੋੜਾ ਰਮਣੀਕ ਤਰੀਕੇ ਨਾਲ ਕਹਿ ਦਿੱਤਾ 엄마 ਮਰੇ ਤਾਂ ਵੀ ਹਲਵਾ ਖਾਓ ਭੋਗ ਤੇ ਲੱਗਦਾ ਹੀ ਆ ਤੁਹਾਨੂੰ ਪਤਾ ਹੀ ਹੈ ਕੜਾ ਪ੍ਰਸਾਦ ਤੇ ਬਣਾਉਣ ਗਈ ਲੇਕਿਨ ਕੰਡਾabhave ਹੀ ਹੈ ਕਿ ਜਦੋਂ ਕੋਈ ਸਰੀਰ ਛੱਡਦਾ ਹੈ ਤੇ ਤੁਸੀਂ ਰੋ ਕਰਕੇ ਦੁੱਖ ਦੇ ਆਪਣੇ ਇਜ਼ਹਾਰ ਦੇ ਨਾਲ ਉਸ ਆਤਮਾ ਨੂੰ ਇਹੋ ਜਿਹਾ ਵਾਈਬ੍ਰੇਸ਼ਨ ਨਾ ਭੇਜੋ ਬਲਕਿ ਤੁਸੀਂ ਸ਼ੇ 바ਵਾ ਦੇ ਨਾਲ ਮਨ ਲਗਾ ਕੇ ਉਸ ਆਤਮਾ ਦੇ ਵਾਸਤੇ ਬੜੀ ਸੁਭਾਵਨਾ ਦੇ ਵਾਈਬ੍ਰੇਸ਼ਨ ਭੇਜੋ ਤਾਂ ਕਿ ਉਹ ਜਿੱਥੇ ਵੀ ਹੋਏ ਜਿਸ ਵੀ ਘਰ ਚ ਜਨਮ ਲਿਆ ਹੋਏ ਤੇ ਉੱਥੇ ਉਹ ਸਦਾ ਸੁਖੀ ਰਹੇ ਅਤੇ ਆਪਣੇ ਘਰ ਵਾਲਿਆਂ ਨੂੰ ਵੀ ਸਦਾ ਖੁਸ਼ ਰੱਖੇ ਸੁਖੀ ਰੱਖੇ ਕਿਉਂਕਿ ਬੱਚਾ ਕਿਤੇ ਵੀ ਜਨਮੇਗਾ ਤੇ ਮਾਂ-ਬਾਪ ਨੂੰ ਰਿਸ਼ਤੇਦਾਰਾਂ ਨੂੰ ਖੁਸ਼ੀ ਤਾਂ ਬਹੁਤ ਹੁੰਦੀ ਹੈ ਲੇਕਿਨ ਉਹ ਬੱਚਾ ਅਗਰ ਖੁਦ ਖੁਸ਼ ਨਹੀਂ ਰਹਿੰਦਾ ਤੇ ਫੇਰ ਤੁਸੀਂ ਸੋਚ ਸਕਦੇ ਹੋ ਉਹਦਾ ਅਸਰ ਮਾਂ-ਬਾਪ ਤੇ ਵੀ ਪਏਗਾ ਹੋਰ ਭਾਈ ਭੈਣਾਂ ਤੇ ਵੀ ਪਏਗਾ ਤੇ ਇਸ ਕਰਕੇ ਬਾਬਾ ਨੇ ਥੋੜਾ ਜਿਹਾ ਰਮਣੀਕ ਢੰਗ ਨਾਲ ਇਹ ਕਿਹਾਈ ਕਿ ਅੰਮਾ ਮਰੇ ਤਾਂ ਵੀ ਹਲਵਾ ਖਾਓ بیوی ਮਰੇ ਤਾਂ ਵੀ ਹਲਵਾ ਖਾਓ ਲੇਕਿਨ ਤੁਸੀਂ ਇਸ ਨੂੰ ਜ਼ਿਆਦਾ ਸੀਰੀਅਸ ਨਾ ਲੈਣਾ ਇਹ ਤੇ ਹਸੀ ਚ ਗਿਆ ਹੀ 바ਵਾ ਨੇ ਬਾਕੀ ਹਲਵਾ ਖਾਣ ਦਾ ਮਤਲਬ ਇਹੀ ਹੈ ਕਿ ਅਸੀਂ ਬੜੀ ਸ਼ੁਭ ਭਾਵਨਾ ਨਾਲ ਜਿਹੜੀ ਆਤਮਾ ਅਗਲੇ ਜਨਮ ਚ ਗਈ ਹੈ ਉਹਦੇ ਵਾਸਤੇ ਬਹੁਤ ਆਪਣੇ ਦਿਲ ਦੀ ਦੁਆ ਉਹਨਾਂ ਨੂੰ ਦਿੰਦੇ ਰਹੀਏ ਬਸ ਮੈਂ ਤੁਹਾਡਾ ਕਹਿਣੇ ਦਾ ਮਤਲਬ ਇਹ ਹੈ ਕਿ ਜਿਹੜੀ ਆਤਮਾ ਸਰੀਰ ਛੱਡਿਉ ਨੂੰ ਅਸੀਂ ਯਾਦ ਕਰੀਏ ਤੂੰ ਅੱਗੇ ਵੀ ਜਾ ਕੇ ਪਰੇਸ਼ਾਨ ਹੁੰਦੀ ਔਰ ਦੂਜੀ ਆਤਮਾ ਨੂੰ ਵੀ ਪਰੇਸ਼ਾਨ ਕਰਦੀ ਸਿਰਫ ਯਾਦ ਕਰਨ ਨਾਲ ਨਹੀਂ ਅਗਰ ਅਸੀਂ ਦੁਖੀ ਹੋ ਕਰਕੇ ਯਾਦ ਕਰ ਗੇ ਅਗਰ ਅਸੀਂ ਪਿਆਰ ਨਾਲ ਯਾਦ ਕਰਦੇ ਹਾਂ ਔਰ ਅਸੀਂ ਆਪਣੇ 바ਵਾ ਦੀ ਯਾਦ ਦੇ ਪਰਕੰਪਨ ਉਹ ਆਤਮਾ ਨੂੰ ਭੇਜਦੇ ਆ ਤੇ ਉਹ ਤੇ ਉਹਨੂੰ ਬਹੁਤ ਸ਼ਾਂਤੀ ਦੇਗੀ ਸੁਖ ਦੇਗੀ ਜੀ ਬਾਈ ਜੀ ਬਿਲਕੁਲ ਅਗਲਾ ਪ੍ਰਸ਼ਨ ਹੈ ਕਿ ਕੀ ਗੀਤਾ ਗਿਆਨ ਜਿਹੜਾ ਹੈ ਉਹ ਦੁਆਪਰ ਦੇ ਦੁਆਪਰ ਯੁਗ ਦੇ ਅੰਤ 'ਚ ਦਿੱਤਾ। ਇਹ ਕਿਹਨੇ ਦਿੱਤਾ ਗੀਤਾ ਗਿਆਨ? ਕਿਉਂਕਿ ਜਿਨੇ ਜੇ ਪ੍ਰਸ਼ਨ ਭੇਜਿਆ ਉਹ ਬੋਲਦੇ ਸੀ ਕ੍ਰਿਸ਼ਨ ਨੂੰ ਮੰਨਦੇ। ਬੋਲਦੇ ਕਿ ਗੀਤਾ ਗਿਆਨ ਕ੍ਰਿਸ਼ਨ ਨੇ ਦਿੱਤਾ। ਔਰ ਬ੍ਰਹਮ ਕੁਮਾਰੀ ਬੋਲਦੇ ਕਿ ਗੀਤਾ ਗਿਆਨ ਸ਼ਿਵ ਨੇ ਦਿੱਤਾ। ਇਹ ਦੋਨੋਂ 'ਚ ਫਰਕ ਕੀ ਹੈ? ਵਕਤੀ ਮਾਰਚ ਜੋ ਗੀਤਾ ਲਿਖੀ ਗਈ ਹੈ ਜੀ ਉਹ ਮਹਾਭਾਰਤ ਗ੍ਰੰਥ ਜਿਹੜਾ ਹੀ ਜੀ ਉਹਦਾ ਹਿੱਸਾ ਹੀ ਹੈ ਅੱਛਾ ਔਰ ਉਸ ਸ਼੍ਰੀਮਦ ਭਗਵਤ ਗੀਤਾ ਚ ਸਾਰੇ ਜਿੰਨੇ ਵੀ ਸ਼ਲੋਕ ਹੈਗੇ ਆ ਹੂੰ ਉਸ ਸ੍ਰੀ ਭਗਵਾਨੋਂ ਆਵਾਜ਼ ਆਏਗੇ ਜੀ ਹੁਣ ਇਹ ਤੁਸੀਂ ਸੋਚੋ ਭਗਵਾਨ ਕਿਨੂੰ ਕਹੀਏ ਹੂੰ ਭਗਵਾਨ ਨਿਰাকার ਨੂੰ ਕਹੀਏ ਜਾਂ ਦੇਦਾਰੀ ਸ੍ਰੀਕ੍ਰਿਸ਼ਨ ਨੂੰ ਕਹੀਏ ਹਮ ਕਿਉਂਕਿ ਸ੍ਰੀਕ੍ਰਿਸ਼ਨ ਉਹ ਗੀਤਾ ਗਿਆਨ ਦੇ ਅਭਿਆਸ ਦੇ ਨਾਲ ਸ੍ਰੀਕ੍ਰਿਸ਼ਨ ਬਣਿਆ ਸੀ ਜੀ ਜੀ ਔਰ ਸ੍ਰੀਕ੍ਰਿਸ਼ਨ ਸਾਰੇ ਸੰਸਾਰ ਚ ਸਭ ਤੋਂ ਸ੍ਰੇਸ਼ਟ ਆਤਮਾ ਹੈ ਜਿਸਨੇ ਸ਼ਰੀਰ ਲੈ ਕਰਕੇ ਔਰ ਇਸ ਦੁਨੀਆ ਚ ਰਾਜ ਕੀ ਤਈ ਸਤਿਉਕ ਚ ਜੀ ਜਦੋਂ ਸ੍ਰੀ ਕ੍ਰਿਸ਼ਨ ਹੈ ਤੇ ਪ੍ਰਿੰਸ ਦੇ ਰੂਪ ਚ ਫਿਰ ਉਹਨਾਂ ਦਾ ਸੋਮਵਰ ਹੁੰਦਾ ਹੀ ਸ੍ਰੀ ਰਾਦੇ ਦੇ ਨਾਲ ਹੂੰ ਹੂੰ ਤੇ ਫਿਰ ਉਹ ਸ੍ਰੀ ਨਾਰਾਇਣ ਰੂਪ ਚ ਰਾਜ ਕਰਦੇ ਨੇ ਔਰ ਸ੍ਰੀ ਰਾਦੇ ਜਿਹੜੀ ਆ ਉਹ ਸ੍ਰੀ ਲਕਸ਼ਮੀ ਦਾ ਰੂਪ ਲੈਂਦੀ ਆ ਅੱਛਾ ਤੇ ਇਹ ਚੀਜ਼ ਥੋੜੀ ਜੀ ਤੁਹਾਨੂੰ ਪਤਾ ਲੱਗੇਗਾ ਕਿ ਤਿੰਨ ਬਾਇਓਗ੍ਰਾਫੀਸ ਮਿਕਸ ਹੋ ਗਈਆਂ ਇਹ ਇੱਕ ਉਹ ਨਿਰাকার ਸ਼ਿਵ ਪ੍ਰਮਾਤਮਾ ਦੀ ਹਮ ਔਰ ਫਿਰ ਜਿਸ ਦੇ ذریعے ਗਿਆਨ ਦਿੱਤਾ ਬ੍ਰਹਮਾ ਬਾਬਾ ਦੀ ਜੀ ਔਰ ਫਿਰ ਬ੍ਰਹਮਾ ਬਾਬਾ ਜੋ ਫਿਰ ਆਪਣਾ ਭਵਿਸ਼ ਸ੍ਰੀ ਕ੍ਰਿਸ਼ਨ ਬਣ ਕਰਕੇ ਇਸ ਦੁਨੀਆ ਚ ਆ ਕੇ ਰਾਜਭਾਗ ਕਰਦੇ ਨੇ ਜੀ ਤੇ ਇਹ ਤਿੰਨ ਬਾਇਓਗ੍ਰਾਫੀਸ ਮਿਕਸਡ ਹੈ ਗਏ ਤੇ ਇਹਦਾ ਬੜੀ ਕਲੈਰਿਟੀ ਬਾਬਾ ਨੇ ਸ਼ਿਵ ਬਾਬਾ ਨੇ ਕੀਤੀ ਹੈ ਹੂੰ ਹੂੰ ਕਿ ਤੁਸੀਂ ਸ਼ਿਵ ਬਾਬਾ ਦੇ ਨਾਲ ਮੰਨ ਲਗਾਓ ਜੀ ਕਿ ਤੁਸੀਂ ਇਤਨੇ ਸ਼੍ਰੇਸ਼ਟ ਬਣ ਜਾਣਗੇ ਉਹ ਉਹਦੇ ਵਾਸਤੇ ਜਿਹੜੀ ਸਾਨੂੰ ਸ਼੍ਰੀਮਤ ਦਿੱਤੀ ਉਹ ਦਿੱਤੀ ਹੈ ਬ੍ਰਹਮਾ ਬਾਬਾ ਦੇ ਮੁਖ ਦਵਾਰਾ ਹੂੰ ਔਰ ਅਸੀਂ ਅਗਰ ਉਸ ਸ਼੍ਰੀਮਤ ਦੇ ਅਨੁਸਾਰ ਆਪਣੇ ਜੀਵਨ ਚ ਸ੍ਰੇਸ਼ਟ ਕਰਮ ਕਰੀਏ ਤੇ ਸ੍ਰੇਸ਼ਟ ਕਰਮਾਂ ਦਾ ਫਲ ਹੈ ਸ੍ਰੇਸ਼ਟ ਪਦ ਦੀ ਪ੍ਰਾਪਤੀ ਔਰ ਉਹ ਸ੍ਰੇਸ਼ਟ ਪਦ ਦੀ ਪ੍ਰਾਪਤੀ ਹੈ ਨਰ ਤੋ ਸ੍ਰੀ ਨਾਰਾਇਣ ਬਨਨਾ ਨਾਰੀ ਤੋ ਸ੍ਰੀ ਲਕਸ਼ਮੀ ਬਨਨਾ ਔਰ ਬਚਪਨ ਚ ਹੋਈ ਸ੍ਰੀ ਰਾਦੇ ਔਰ ਸ੍ਰੀ ਕ੍ਰਿਸ਼ਨ ਕਾ ਹੁੰਦੇ ਆ ਜੀ ਤੇ ਗੀਤਾ ਗਿਆਨ ਸ਼ਿਵ ਨੇ ਦਿੱਤਾ ਗੀਤਾ ਗਿਆਨ ਦੇਣ ਵਾਲਾ ਕਿਉਂਕਿ ਸ੍ਰੀ ਭਗਵਾਨੋ ਵਾਚ ਹੂੰ भगवान के कही है। फिर, जी। पाजी अगला प्रश्न है कि भगवान बोल दे कि परमात्मा दा संदेश सर्व आत्मा ता मुक्ति दा अनुभव पाऊंगे ते जीवन मुक्ति दा भी अनुभव पाओगे हर आत्मा दा जन्म सिद्ध अधिकार है पर साडा प्रश्न ये है कि क्या सर्व आत्मानु परमात्मा दा संदेश मिलूंगा ਇਹਦੀ ਮਿਲਦਾ ਤਾਂ ਉਹ ਕਿੱਦਾਂ ਮਿਲਣਾ ਕਿ ਅਸੀਂ ਬ੍ਰਹਮਾ ਕੁਮਾਰੀ ਦੇ ਦੁਆਰਾ ਹੀ ਮਿਲੂੰਗਾ ਜਾਂ ਕੋਈ ਹੋਰ ਜਰੀਆ ਵੀ ਹੈ ਨਹੀਂ ਬ੍ਰਹਮਾ ਕੁਮਾਰੀਸ ਖਾਸ ਉਹਦੇ ਤੇ ਫੋਕਸ ਕਰ ਰਹੀ ਹੈ ਕਿ ਅਸੀਂ ਇਹ ਸਭ ਨੂੰ ਸੰਦੇਸ਼ ਦੇਣਾ ਹੈ ਲੇਕਿਨ ਲੱਖਾਂ ਕਰੋੜਾਂ ਭਾਈਪੈਣ ਹੈਗੇ ਆ ਜਿਹੜੇ ਬ੍ਰਹਮਾ ਕੁਮਾਰੀਸ ਦੇ ਸੰਪਰਕ ਚ ਆ ਕਰਕੇ ਉਹਨਾਂ ਨੇ ਇਹ ਗਿਆਨ ਸੁਣਿਆ ਹੀ ਤੇ ਉਹ ਵੀ ਨਿਮਿਤ ਬਣਦੇ ਆ ਦੂਸਰਿਆਂ ਤਾਈਂ ਇਹ ਗਿਆਨ ਸੁਣਾਉਣ ਵਾਸਤੇ ਔਰ ਉਹ ਸੰਦੇਸ਼ ਦੂਸਰਿਆਂ ਨੂੰ ਪਹੁੰਚਾ ਰਹੇ ਆ ਔਰ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਤੁਸੀਂ ਇਹ ਟੈਲੀਵਿਜ਼ਨ ਦੇ ਪ੍ਰੋਗਰਾਮ ਵਾਸਤੇ ਰਿਕਾਰਡਿੰਗ ਕਰ ਰਹੇ ਹੋ ਟੈਲੀਵਿਜ਼ਨ ਦੇ ਜ਼ਰੀਏ ਸੰਦੇਸ਼ ਪਹੁੰਚੇਗਾ ਅਖਬਾਰਾਂ ਦੇ ਜ਼ਰੀਏ ਸੰਦੇਸ਼ ਪਹੁੰਚਦਾ ਹੀ ਰੇਡੀਓ ਦੇ ਜ਼ਰੀਏ ਸੰਦੇਸ਼ ਪਹੁੰਚਦਾ ਹੀ ਤੇ ਬਾਬਾ ਨੇ ਜੋ ਕਿਹਾ ਹੀ ਕਿ ਵਿਨਾਸ਼ ਹੋਣ ਤੋਂ ਪਹਿਲੇ ਮੇਰੇ ਜਿੰਨੇ ਵੀ ਬੱਚੇ ਇਸ ਸੰਸਾਰ 'ਚ ਹੈਗੇ ਸਭ ਨੂੰ ਇਹ ਸੰਦੇਸ਼ ਮਿਲਣਾ ਹੀ ਭਾਵੇਂ ਉਹ ਕੋਈ ਡਾਇਰੈਕਟ ਸੁਣਾਏ ਭਾਵੇਂ ਕੋਈ ਰੇਡੀਓ ਤੋਂ ਸੁਣੇ ਭਾਵੇਂ ਕੋਈ ਟੈਲੀਵਿਜ਼ਨ ਤੋਂ ਸੁਣੇ ਪਾਵੇਂ ਅੱਜਕੱਲ ਦੇ ਜਿਹੜੇ ਨਵੇਂ-ਨਵੇਂ ਤਰੀਕੇ ਨਿਕਲੇ ਆ ਇੰਟਰਨੈਟ ਦੇ ਜ਼ਰੀਏ ਜਾਂ ਹੋਰ ਕੁਝ ਤੋਂ ਉਹਦੇ ਜ਼ਰੀਏ ਮਿਲੇ ਸੰਦੇਸ਼ ਲੇਕਿਨ ਸੰਦੇਸ਼ ਜਿਹੜਾ ਹੀ ਉਹ ਹਰ ਆਤਮਾ ਤਾਈਂ ਪਹੁੰਚੇਗਾ ਤਾਂ ਕਿ ਕੱਲ ਜਦੋਂ ਇਹ ਸਾਰਾ ਪਰਿਵਰਤਨ ਹੋਣ ਦਾ ਟਾਈਮ ਆ ਜਾਏ ਕਲਯੁਗ ਤੋਂ ਫਿਰ ਸਤਯੁਗ ਬਦਲੀ ਹੋ ਜਾਏ ਤੋ ਉਸ ਵੇਲੇ ਕੋਈ ਬਾਬਾ ਨੂੰ ਉਲੇਨਾ ਨਾ ਦੇ ਸਕੇ ਕਿ ਭਗਵਾਨ ਆਪ ਇਸ ਸ੍ਰਿਸ਼ਟੀ ਪਰ ਆਏ ਪਰ ਮੂਝੇ ਪਤਾ ਨਹੀਂ ਚਲਾ ਇਹੋ ਜਿਹਾ ਕੋਈ ਉਲੇਨਾ ਨਾ ਦੇ ਸਕੇ ਇਸ ਕਰਕੇ ਬਾਬਾ ਆਪਣੇ ਬੱਚਿਆਂ ਦੇ ਜ਼ਰੀਏ ਖਾਸ ਕਹਿ ਰਹੇ ਨੇ ਬਾਰ ਬਾਰ ਕਹਿ ਰਹੇ ਨੇ ਕਿ ਸਭ ਨੂੰ ਇਹ ਬਾਬਾ ਦਾ ਸੰਦੇਸ਼ ਪਹੁੰਚਾਓ ਕਿਉਂਕਿ ਹਰੇਕ ਦਾ ਹੱਕ ਹੈ ਪਰਮਾਤਮਾ ਦੇ ਕੋਲੋਂ ਸ਼ਿਵ ਬਾਬਾ ਦੇ ਕੋਲੋਂ ਮੁਕਤੀ ਔਰ ਜੀਵਨ ਮੁਕਤੀ ਦਾ ਆਪਣਾ ਵਰਸਾ ਪ੍ਰਾਪਤ ਕਰਨਾ ਜੀ ਭਾਜੀ ਇਹ ਤਾਂ ਹੋਈ ਸੰਦੇਸ਼ ਦੀ ਗੱਲ ਪ੍ਰੇ ਮੁਕਤੀ ਤੇ ਨਾਲੇ ਜੀਵਨ ਮੁਕਤੀ ਦਾ ਜਨਮ ਸਿੱਧਾ ਅਧਿਕਾਰ ਹੈ ਤਾਂ ਮੁਕਤੀ ਔਰ ਜੀਵਨ ਮੁਕਤੀ ਦਾ ਕੀ ਅਰਥ ਹੈ ਮੁਕਤੀ ਤੇ ਹੈ ਕਿ ਜਦੋਂ ਸਭ ਆਤਮਾ ਇਸ ਸ੍ਰਿਸ਼ਟੀ ਰੰਗਮੰਚ ਤੋਂ ਆਪਣਾ ਪਾਰਟ ਪੂਰਾ ਕਰਕੇ ਵਾਪਸ ਜਾਂਦੀ ਆਈ ਜੀ ਤੇ ਸ਼ਾਂਤੀ धाम ਚ ਜਾਂਦੀ ਆਈ ਮੁਕਤੀ ਧਾਮ ਚ ਜਾਂਦੀ ਆਈ ਹਮ ਪਰਮ ਧਾਮ ਚ ਜਾਂਦੀ ਆਈ ਤੇ ਉਹ ਹੈ ਮੁਕਤੀ ਜੀ ਔਰ ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਸਥਿਤੀ ਬਣਾਈ ਹੈ ਗਿਆਨ ਦੇ ਯੋਗ ਦੇ ذریعے ਉਹਦੇ ਅਨੁਸਾਰ ਫਿਰ ਸਤਯੁਗ ਤੋਂ ਲੈ ਕਰਕੇ ਇਸ ਸ੍ਰਿਸ਼ਟੀ ਤੇ ਆਉਂਦੇ ਨੇ ਹੂੰ ਆਉਣਾ ਸ਼ੁਰੂ ਹੋ ਜਾਂਦੇ ਆ ਇਕੱਠੇ ਨਹੀਂ ਸਭ ਆਉਂਦੇ ਥੋੜੇ ਥੋੜੇ ਕਰਕੇ ਆਉਂਦੇ ਆ ਤੇ ਜਦੋਂ ਵੀ ਕੋਈ ਆਤਮਾ ਇਸ ਸ੍ਰਿਸ਼ਟੀ ਤੇ ਆਏਗੀ ਤੇ ਪਹਿਲੇ ਪਹਿਲੇ ਉਹਨਾਂ ਦੀ ਜਿਹੜੀ ਜੀਵਨ ਹੈ ਉਹ ਬਹੁਤ ਪਵਿੱਤਰ ਔਰ ਸਦਾ ਧਨ ਧਾਨ ਸੰਪਨ ਸੁਖੀ ਔਰ ਹੈਲਦੀ ਐਵਰ ਹੈਲਦੀ ਐਵਰ ਵੈਲਦੀ ਐਵਰ ਹੈਪੀ ਐਹੋ ਜੀ ਜੀਵਨ ਹੋਏਗੀ ਉੱਥੇ ਕੋਈ ਦੁੱਖ ਦਾ ਨਾਂ ਨਹੀਂ ਸ਼ਾਂਤੀ ਦਾ ਨਾਂ ਨਹੀਂ ਕੋਈ ਲੜਾਈ ਝਗੜਾ ਨਹੀਂ ਕੁਝ ਨਹੀਂ ਤੇ ਇਸ ਕਰਕੇ ਉਹਨੂੰ ਕਿਹਾ ਜਾਂਦਾ ਜੀਵਨ ਮੁਕਤੀ ਜੀਵਨ ਮੁਕਤੀ ਤੇ ਉਹ ਕਿਤਨੇ ਜਨਮ ਲੈ ਲਏ ਜੀਵਨ ਮੁਕਤੀ ਦੇ ਜ਼ਿਆਦਾ ਤੋਂ ਜ਼ਿਆਦਾ ਜੀਵਨ ਮੁਕਤੀ ਦੇ 21 ਜਨਮ ਹੈਗੇ ਹੂੰ ਔਰ ਫਿਰ ਉਸ ਤੋਂ ਬਾਅਦ ਦਵਾਪਰ ਯੁਗ ਕਲ ਯੁਗ ਇਹ ਆ ਜਾਂਦਾ ਹੈ ਜੀ ਜੀ ਲੇਕਿਨ ਕਿਆ ਜਾਂਦਾ ਹੈ ਵੀ ਅਗਰ ਤੁਸੀਂ ਅੱਛੀ ਤਰ੍ਹਾਂ ਕੋਈ ਅੱਛਾ ਕੰਮ ਕਰੋ ਸ਼੍ਰੇਸ਼ਟ ਕੰਮ ਕਰੋ ਤਾਂ ਉਹਦਾ ਫਲ ਤੁਹਾਨੂੰ ਅਗਲੇ ਜਨਮ 'ਚ ਇੱਕ ਜਨਮ ਵਾਸਤੇ ਮਿਲਦਾ ਹੈ ਉਹ ਜਿਹੜਾ ਹੁਣ ਹੁੰਦਾ ਹੈ ਹੁਣ ਇਹ ਪ੍ਰਸ਼ੋਤਮ ਸੰਗਮ ਯੁਗ ਤੇ ਜੀ ਜੋਧੋ ਪ੍ਰਮਾਤਮਾ ਪਿਤਾ ਖੁਦ ਆ ਕਰਕੇ ਸਾਨੂੰ ਗਾਈਡ ਕਰ ਰਿਹਾ ਹੈ ਸ੍ਰੀਮਤ ਦੇ ਰਿਹਾ ਹੈ ਅਗਰ ਅਸੀਂ ਸ੍ਰੀਮਤ ਦਾ ਪੂਰਾ ਪਾਲਣ ਕਰੀਏ ਉਹਨਾਂ ਦੀ ਸ੍ਰੀਮਤ ਦੇ ਅਨੁਸਾਰ ਆਪਣੇ ਕਰਮਾਂ ਨੂੰ ਸ੍ਰੇਸ਼ਟ ਬਣਾਈਏ ਤੇ 21 ਜਨਮ ਵਾਸਤੇ ਅਸੀਂ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ ਹੂੰ ਜੀ ਤਾਂ ਭਾਜੀ ਜਿਤਨੀ ਵੀ ਆਤਮਾਏ ਹੈ ਉਹ ਸਾਰੀ ਪਰਮधाम ਚ ਕਿੰਨੇ ਸਮੇਂ ਤੱਕ ਰੁਕਦੀ ਜਾ ਕੇ ਥੋੜੇ ਦੇ ਰੁਕਣਾ ਫਿਰ ਤੁਰੰਤ ਜਨਮ ਲੈਣਾ ਜਾਂ ਕਿ ਏ ਹੁਣ ਤੁਸੀਂ ਇਸ ਨੂੰ ਡਰਾਮਾ ਦੇ ਰੂਪ ਚ ਦੇਖਣਗੇ ਉਹ ਨਾ ਜੀ ਤੇ ਜੋ ਹੀਰੋ ਹੀਰੋਇਨ ਹੁੰਦੇ ਆ ਜੀ ਤੇ ਉਹ ਇੱਕਦਮ ਜਲਦੀ ਤੋਂ ਜਲਦੀ ਫਿਰ ਵਾਪਸ ਸਟੇਜ ਤੇ ਆ ਜਾਂਦੇ ਆ ਹਮ ਔਰ ਬਾਕੀ ਧੀਰੇ 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 ਆਉਂਦੇ ਆ ਹਮ ਹਮ ਤੇ ਹਰੇਕ ਆਪਣੇ ਪਰਸਾਰਤ ਅਨੁਸਾਰ ਸਮਝ ਸਕਦਾ ਈ ਕਿ ਅਸੀਂ ਸ਼ੁਰੂ ਚਾਵਾਂਗੇ ਜਾਂ ਥੋੜਾ ਠਹਿਰ ਕੇ ਆਵਾਂਗੇ ਜੀ ਕਿਉਂਕਿ ਆਤਮਾ ਦੀ ਆਪਣੀ ਜਿਹੜੀ ਕੁਆਲਿਟੀ ਕਾ ਕੀ ਇਹ ਸਥਿਤੀ ਕਿਆ ਬਣਦੀ ਹੈ ਉਹ ਸਥਿਤੀ ਦੇ ਅਨੁਸਾਰ ਹੀ ਭਵਿਸ਼ ਨਿਸ਼ਚਿਤ ਹੁੰਦਾ ਹੈ ਜੀ ਬਾਰੇ ਤਾਂ ਜਿਹੜਾ ਇਸ ਟਾਈਮ ਜਿਹੜੇ ਬੋਲਦੇ ਕਿ ਐਡਵਾਂਸ ਪਾਰਟੀ ਤਾਂ ਜਿਨ੍ਹਾਂ ਨੇ ਇਸ ਅੱਗੇ ਤੇ ਪਹਿਲੇ ਸ਼ਰੀਰ ਛੱਡਤਾ ਕਿਆ ਉਹ ਐਡਵਾਂਸ ਪਾਰਟੀ ਚ ਆ ਗਏ ਹੋਣੇ ਆਏ ਹੈ ਨਾ ਅੱਛਾ ਐਡਵਾਂਸ ਪਾਰਟੀ ਚ ਆ ਕੇ ਆਪਣਾ ਪਾਰਟ ਵਜਾ ਰਿਹਾ ਮਨੇ ਉਹਨਾਂ ਸਭ ਨੇ ਆਪਣਾ ਆਪਣਾ ਦੂਜਾ ਜਨਮ ਲੈ ਲਿਆ ਹੋਣਾ ਹਾਂ ਲੇਕਿਨ ਉਹ ਵਿਸ਼ਵ ਪਰਿਵਰਤਨ ਚ ਸਹਿਯੋਗੀ ਹੈ ਗਿਆ ਅੱਛਾ ਜੀ ਹਾਂ ਜੀ ਜੀ ਪਾਜੀ ਅਗਲਾ ਪ੍ਰਸ਼ਨ ਹੈ ਭਗਵਾਨੁ ਵਾਚ ਨਿਸ਼ਚੇ ਬੁੱਧੀ ਵਿਜੰਤੀ ਪ੍ਰੀਤ ਬੁੱਧੀ ਵਿਜੰਤੀ ਤਾਂ ਇਹ ਈਸ਼ਵਰੀ ਮਹਾਵਾਕਿਆ ਦਾ ਕੀ ਅਰਥ ਰਹਾ ਰਿਆ ਕੀ ਜੀਵ ਘਾਤ ਜਾਂ ਆਤਮ ਘਾਤ ਕਰਨੇ ਵਾਲੇ ਨੂੰ ਕਿਹਾ ਗਿਆਨੀ ਕਿਹਾ ਜਾਂਦਾ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜੋ ਜੀਵ ਘਾਤ ਕਰਦਾ ਜੀ ਆਤਮ ਘਾਤ ਤੇ ਹੁੰਦਾ ਨਹੀਂ ਹੈ ਹੂੰ ਜੋ ਆਪ ਮਤਲਬ ਸੁਇਸਾਈਡ ਕਰਦੇ ਆ ਜਿਸ ਨੂੰ ਕਹਿੰਦੇ ਆ ਆਤਮ ਘਾਤ ਆਤਮ ਘਾਤ ਨਹੀਂ ਹੈ ਉਹ ਜੀਵ ਘਾਤ ਹੈ तो वो इतनी अमूल्य जीवन परमात्मा ने दिती है इस सृष्टि ते आके असी कुछ अच्छा कर्म करिए अपना अच्छा पाठ बजाइए तो अगर वो थोड़ा ज्ञानतावश गुस्से करके या कोई कारण हैरान हो करके डिप्रेशन से जा करके आप घात कर देता ਤੇ ਉਹ ਕੋਈ ਸ੍ਰੇਸ਼ਟ ਕਰਮਤ ਨਹੀਂ ਕੀਤਾ ਜੀ ਤੇ ਇਸ ਕਰਕੇ ਅਗਲੇ ਜਨਮ ਚ ਵੀ ਫਿਰ ਉਹੀ ਸੰਸਕਾਰ ਲੈ ਜਾਂਦੇ ਆ ਤੇ ਉਹ ਛੋਟੇ ਪੰ ਤੋਂ ਹੀ ਡਿਪਰੈਸ਼ਨ ਆਣੀ ਸ਼ੁਰੂ ਹੋ ਜਾਂਦੀ ਆ ਹੂੰ ਤੇ ਇਸ ਚ ਬੋਲੇ ਕਿ ਨਿਸ਼ਚੇ ਬੁੱਧੀ ਵਿਜਨਤੀ ਪ੍ਰੀਤ ਬੁੱਧੀ ਬੁੱਧੀ ਵਿਜਨਤੀ ਗੱਲ ਏਕੀ ਆ ਨਾ ਨਿਸ਼ਚੇ ਬੁੱਧੀ ਵਿਜਨਤੇ ਪ੍ਰੀਤ ਬੁੱద్ధి ਵਿਜਨਤੇ ਉਹਦਾ ਮਤਲਬ ਇਹੀ ਹੈ ਕਿ ਨਿਸ਼ਚੇ ਜਿਹਨਾਂ ਨੂੰ ਇਹ ਹੋਏ ਕਿ ਅਸੀਂ ਪਰਮਾਤਮਾ ਦੇ ਬੱਚੇ ਆਂ ਸ਼ਿਵ巴巴 ਦੇ ਬੱਚੇ ਆਂ ਔਰ ਉਹਨਾਂ ਦੀ ਸਾਨੂੰ ਸ੍ਰੀਮਤ ਮਿਲ ਰਹੀ ਹੈ ਅਸੀਂ ਉਸ ਸ੍ਰੀਮਤ ਦਾ ਪਾਲਨ ਕਰੀਏ ਉਹਦੇ ਤੇ ਚਲੀਏ ਉਹਦੇ ਹਿਸਾਬ ਨਾਲ ਆਪਣੇ ਕਰਮਾਂ ਨੂੰ ਇਤਨਾ ਸ਼੍ਰੇਸ਼ਟ ਬਣਾਈਏ ਤੇ ਫੇਰ ਵਿਜੈ ਵਿਜੇ ਹੈ ਤਾ ਕਾਂਗੇ ਵਿਜੇ ਹੈ। ਔਰ ਅਗਰ ਨਹੀਂ ਉਹਦੇ ਹਿਸਾਬ ਨਾਲ ਅਸੀਂ ਕਰ ਸਕਦੇ ਤੇ ਫਿਰ ਉਹ ਉਹ ਚੀਜ਼ ਨਹੀਂ ਹੋਏਗੀ। ਫਿਰ ਵਿਜੇ ਨਹੀਂ ਹੋਏਗੀ। ਬਸ ਇਹਦਾ ਅਰਥ ਇਹੀ ਸਮਝੋ ਮੈਂ 네ਗੇਟਿਵ ਨਹੀਂ ਬੋਲਾਂਗਾ। ਜੀ ਬਿਲਕੁਲ। ਬਾਜੀ ਅਗਲਾ ਪ੍ਰਸ਼ਨ ਹੈ ਕਿ ਜਿਹੜਾ ਸੋ ਇੱਛਾ ਤੇ ਆਪਣੇ ਦੇਹ ਦਾ ਤਿਆਗ ਕਰਦਾ ਤੇ ਨਾਲੇ ਜਿਹੜਾ ਆਤਮਘਾਤ उस अंतर क्या होया? क्या अने इच्छा तो अपना सक दे त्याग कर सकते अगर बहुत समय का अभ्यास है अशरीरीपन का अपने आत्म स्वरूप स्थित हो करके परमात्मा पिता के नाल मन लगा करके आत्मा ਆਪਣਾ ਪੁਰਾਣਾ ਹਿਸਾਬ ਕਿਤਾਬ ਸਭ ਬਸਮ ਕਰ ਦਿੰਦੀ ਹੈ ਔਰ ਇੱਕਦਮ ਉਜਵਲ ਪਾਵਨ ਬਣ ਕੇ ਬਣ ਜਾਂਦੀ ਹੈ ਕੋਈ ਹਿਸਾਬ ਕਿਤਾਬ ਪੁਰਾਣੀ ਦੁਨੀਆ ਚ ਨਹੀਂ ਰਹਿੰਦਾ ਔਰ ਨਈ ਦੁਨੀਆ ਵਾਸਤੇ ਜੋ ਸੰਸਕਾਰ ਚਾਹੀਦੇ ਹੈ ਉਹ ਆਤਮਾ ਨੇ ਧਾਰਨ ਕੀਤੇ ਨੇ ਤੇ ਇਹੋ ਜੀ ਆਤਮਾ ਜਿਹੜੀ ਹੈ ਉਹ 소 ਇੱਛਾ ਨਾਲ ਆਪਣੀ ਇੱਛਾ ਨਾਲ ਯੋਗ ਯੁਕਤ ਅਵਸਥਾ ਚ ਬੈਠੇ ਬੈਠੇ ਸਰੀਰ ਛੱਡਣਗੇ ਔਰ ਸੂਖਸ਼ਮ ਵਤਨ ਚ ਚਲੇ ਜਾਣਗੇ ਐਹੋ ਜੇ ਟਾਈਮ ਤੇ ਬਾਬਾ ਕਹਿੰਦਾ ਜਦੋਂ ਐਸੇ ਕੋਈ ਯੋਗੀ ਚਾਹੇ ਉਹ ਰਾਜ yogi ਹੋਣ ਚਾਹੇ ਕੋਈ ਦੂਸਰੇ ਹਟ yogi ਵੀ ਹੋਣ ਕੋਈ ਵੀ ਸਰੀਰ ਇਸ ਤਰ੍ਹਾਂ ਇਸ ਅਵਸਥਾ 'ਚ ਛੱਡੇਗਾ ਉਹਦੇ ਵਾਈਬ੍ਰੇਸ਼ਨ ਜਿਹੜੇ ਆ ਉਹ ਚਾਰੋਂ ਤਰਫ ਬੜਾ ਸ਼ਾਂਤੀ ਦਾ ਵਾਤਾਵਰਣ ਕ੍ਰੀਏਟ ਕਰਦੇ ਆ ਉਹ ਮਹਿਸੂਸ ਹੁੰਦਾ ਹੀ ਦੂਸਰਿਆਂ ਨੂੰ ਇਸ ਕਰਕੇ ਕਿਆ ਜਾਂਦਾ ਹੀ ਅੰਤਮਤੇ ਸੋਗਤੇ ਅੰਤ ਸਮੇਂ ਮੰਚ ਜੋ ਚੱਲ ਰਿਹਾ ਹੈ ਉਹਦੇ ਹਿਸਾਬ ਨਾਲ ਗਤੀ ਹੁੰਦੀ ਹੈ ਤੇ ਅਗਰ ਅਭਿਆਸ ਕਰਦੇ ਕਰਦੇ ਇੱਕ ਇਹੋ ਜੀ ਸਥਿਤੀ ਆ ਜਾਂਦੀ ਹੈ ਆਪਣੇ ਸੁਭਾਵਿਕ ਆਤਮਿਕ ਸਵਰੂਪ ਸਥਿਤ ਹੋ ਕਰਕੇ ਸਿ巴巴ਵਾ ਦੇ ਨਾਲ ਮਨ ਦੀ ਤਾਰ ਜੁਟੀ ਹੋਈ ਹੈ ਤੇ ਕਿੱਥੇ ਜਾਣਗੇ ਉਹ ਫਿਰ ਸਰੀਰ ਛੱਡਣਗੇ ਉਹ ਤੇ ਸਿ巴巴ਵਾ ਦੇ ਕੋਲ ਪਰਮ ਧਾਮ ਚ ਚਲੇ ਜਾਣਗੇ। অর ਨਹੀਂ ਤੇ ਫਿਰ ਤੁਸੀਂ ਜਾਣਦੇ ਹੋ ਫਿਰ ਨਿਆ ਜਨਮ ਲੈਣਾ ਪਏਗਾ ਹੋਰ ਹੁਣ ਇਸ ਕਾਲੀ ਯੁਗ ਚ ਫਿਰ ਫਿਰ ਜਨਮ ਲੈ ਕਰਕੇ ਸੁੱਖ ਨਹੀਂ ਮਿਲੇਗਾ ਫਿਰ ਦੁੱਖ ਮਿਲਦਾ ਹੈ। ਉਹ ਤੋਂ बच ਜਾਣਗੇ ਹੂੰ ਔਰ ਆਤਮਗਾਤ ਆਤਮਗਾਤ ਤੋਂ ਮਹਾਪਾਪ ਕਿਹਾ ਜਾਂਦਾ ਹੈ ਨਾ ਹੂੰ ਆਤਮਗਾਤੀ ਮਹਾਪਾਪੀ ਤੇ ਫਿਰ ਇਹ ਤੇ ਤੁਸੀਂ ਹੁਣ ਇਹਦੇ ਤੇ ਆਪਣਾ ਵਿਚਾਰ ਕਰੋ ਇਹੋ ਜਿਹਾ ਕੰਮ ਹੀ ਕਿਉਂ ਕਰਨਾ ਹੈ ਮਹਾਪਾਪ ਬਿਲਕੁਲ ਨਹੀਂ ਕਿਤਨਾ ਵੀ ਤਕਲੀਫ ਹੋ ਜਾਏ ਕਦੀ ਮਨ ਚੇ ਨਾ ਆਏ ਕਿਉਂ ਇਕ ਥੋੜਾ ਜਿਹਾ ਸੋਚਣ ਦੀ ਗੱਲ ਹੈ ਸਭ ਦਿਨ ਹੋਤ ਨਾ ਇੱਕ ਸਮਾਨ ਕਦੀ ਬੜੇ ਅੱਛੇ ਦਿਨ ਹੁੰਦੇ ਆ ਕਦੀ ਥੋੜਾ ਵਿਗਨ ਵੀ ਆ ਜਾਂਦੇ ਜੀਵਨ ਚ ਪਰ ਉਹ ਸਦਾ ਨਹੀਂ ਰਹਿੰਦੇ ਆ ਉਹ ਨਿਕਲ ਵਿਅਕਤੀ ਉਹਦੇ ਚੋਂ ਨਿਕਲ ਆਉਂਦਾ ਈ ਇਸ ਕਰਕੇ ਤੰਗ ਹੋ ਕਰਕੇ ਆਪਣਾ ਆਪਗਾਤ ਕਰਨਾ ਇਹ ਮਹਾਪਾਪ ਹੈ ਇਸ ਕਰਕੇ ਸੰਕਲਪ ਵਿੱਚ ਕਦੀ ਨਹੀਂ ਲਿਆਉਣਾ ਕਿ ਅਸੀਂ ਇਹੋ ਜਿਹਾ ਕੁਝ ਕੰਮ ਕਰੀਏ ਅਸੀਂ ਸੁਣਦੇ ਹਾਂ ਕਦੀ ਕਦੀ ਕੁਝ ਇਹੋ ਜੀਆਂ ਗੱਲਾਂ ਹੁੰਦੀਆਂ ਤੇ ਉਹ ਕੋਈ ਕੋਈ ਆਪਣਾ ਆਪਗਾਤ ਕਰਦੇ ਨੇ ਉਹ ਅੱਛਾ ਨਹੀਂ ਕਰਦੇ ਸੋ ਸੌਰੀ ਉਹਨਾਂ ਨੂੰ ਇਹ ਇਸ ਤੋਂ ਬਚਾਉਣਾ ਚਾਹੀਦਾ ਇਸ ਕਰਕੇ ਸਾਈਕੀਟ੍ਰਿਸਟ ਸਾਈਕੋਲੋਜੀਸ ਸਾਈਕੋਥੈਰੇਪਿਸਟ ਉਹ ਕੋਸ਼ਿਸ਼ ਕਰਦੇ ਆ ਕਿ ਆਪਾਘਾਤ ਕਰਨ ਤੋਂ ਮਰੀਜ਼ ਬਚ ਜਾਣਾ ਜੀ ਪਾ ਜੀ ਅੱਜ ਤੁਸੀਂ ਸਾਨੂੰ ਦਿਨ ਮੈਨੂੰ ਤੇ ਮੇਰੇ ਦਰਸ਼ਕਾਂ ਨੂੰ ਗੀਤਾ ਗਿਆਨ ਦੇ ਬਾਰੇ ਚ ਸਾਨੂੰ ਸਮਝਾਇਆ ਔਰ ਪਰਮਾਤਮਾ ਦੇ ਸੰਦੇਸ਼ ਕੀ ਸਰਵਾਤਮਾ ਨੂੰ ਕਿਦਾਂ ਦੇ ਆ ਸੀ ਤੇ ਨਾਲੇ ਤੁਸੀਂ ਇੱਕ ਆਤਮਘਾਤ ਤੇ ਜੀਵਘਾਤ ਦੇ ਬਾਰੇ ਚ ਸਾਨੂੰ ਵੀ ਦੱਸਿਆ ਤੁਸੀਂ ਅੱਜ ਬਹੁਤ ਹੀ ਗੁਈਆ ਗੱਲਾਂ ਗੁਈਆ ਗਿਆਨ ਦੇ ਸਾਨੂੰ ਸਾਡੇ ਨਾਲ ਚਰਚਾ ਕੀਤੀ ਤੁਸੀਂ ਸਤਿਗੁਰੂ ਕਰਤਾ ਪ੍ਰਖਿ ਬਹੁਤ سارے ਪ੍ਰਸ਼ਨਾਂ ਦੇ ਹੱਲ ਦਿੰਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਸਸਰੀਆ ਗਾਲ ਮੈਂ ਤੇ ਕਹਾਗਾ ਮੇਰੇ ਭਾਈ ਭੈਣ ਜੋ ਵੀ ਇਹ ਪ੍ਰੋਗਰਾਮ ਦੇਖ ਰਹੇ ਆ ਸੁਣ ਰਹੇ ਆ ਉਹਨਾਂ ਦੇ ਜ਼ਰੀਏ ਔਰ ਵੀ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਇਹ ਮੇਰੇ ਵਾਸਤੇ ਬੜਾ ਸੁਭਾਗ ਹੈ ਬਹੁਤ ਆਭਾਰੀਆਂ ਕਿ ਮੈਨੂੰ ਇਹ ਚਾਂਸ ਮਿਲਦਾ ਹੀ ਕੁਛ ਨਾ ਕੁਛ ਅਧਿਆਤਮਿਕ ਸੇਵਾ ਕਰਨ ਵਾਸਤੇ ਤੇ ਓਮ ਸ਼ੰਤੀ ਸਤਿ ਸ੍ਰੀ ਅਕਾਲ